चिमारू के नए वीडियोस के लिए सब्सक्राइब कीजिए और बेल आइकन को दबाना न भूलें। मेरा इश्क इश्क हो मेरे इश्क दी चोली पर्दे, हो मेरे इश्क दी चोली पर्दे, मेरे इश्क दी चोली पर्दे, मेरे इश्क दी चोली पर्दे। मेरे इश्क दी चोली पर दे, मैनू इश्क दे वर्गा कर दे, मैनू इश्क दे वर्गा कर दे। ओ जिना इश्क कदे नहीं कीता, जिना जहर कदे नहीं पीता, इश्क ते तोहमत तर दे, ओ, मेरे इश्क दी चोली पर दे, हाँ मेरे अथरू छम छम भर दे, मैनू इश्क दे वर्गा कर दे, मैनू इश्क दे वर्गा कर दे। की गल चाचा यार, तू अचानक कनेडा जाने दा प्रोग्राम बना लिया। कीर्ति यार, मैं केड़ा हमेशा ले जा रहा, कोई जरूरी काम पै गया, मैं गया ते बस आया। चाचा यार, बेबे तू ही रोक ला चाचे नू। चाचा तू क्यों जा रहा है? चाचा मैं कह, तू नहीं जा सकता। चल हमेशा। बेबे तू क्यों नहीं रोकदी चाचे नू? बस कर। हेलो। ओ की हाल है यार चाचे दे? ओ मेरे हाल तो ठीक है, तू सुना तेरे की हाल है पुत्रा? चाचा दो खबर आया। पहली तो ये के किला बापू दी आई मौत मर गया है। हाँ। दूजी ए आ के सिमरन ने हजे तक ब्याह नहीं करवाया। ते ए तू मैनू क्यों दस रहा? ओ चाचा बाले ड्रामे ना कर, तेरी हुण सारी कहानी का मैनू पता लग गया। हुण तां मैं सरवाला बन के तेरे नाल घोड़ी चढ़ूंगा। ओ नहीं कीरत, हुण मेरे कोलों आया नहीं जाना। चाचा चुप करके आ जा, तू मैनू रोंदे नू छड्ड गया सी ना, हुण जे किते मैं रुस गया तेनू हमेशा नहीं रवा देना मैं। पर गल तां बाई दी आ। तेनू मेरी सौं लगी जे तू हुण अगे बोलिया तां। बस हुण तू मेरे वास्ते ते चाची वास्ते घेंट जे कपड़े लैके आ जा, फिर आपां दोवें जावांगे चाची नू मिलन। चल ठीक है कीरत, देखदा मैं ਉਹਨਾਂ ਫਿਰ ਮੈਂ ਇੰਡੀਆ, ਠੀਕ ਆ। ਉਹ ਆ ਕੀਤੀ ਨਾ ਚਾਚਾ ਯਾਰਾਂ ਵਾਲੀ ਗੱਲ। ਅਸੀਂ ਚੱਕਦੇ ਚੌਂਟੇ ਤੇ ਫੇਰ ਫੇਰ ਕੀ? ਅੱਛਾ ਲੱਦਤਾ ਉਹ ਬੱਲੇ ਆਈਆਂ ਬਾਈ। ਫੇਰ ਸਰਦਾਰ ਜੀ, ਇਹ ਬਜ਼ੁਰਗ ਸਾਹਿਬ ਚੰਦ ਪਿੰਡ ਦਾ ਬਹੁਤ ਪੁਰਾਣਾ ਬੰਦਾ ਤੇ ਦੁੱਲੇ ਦੇ ਪਰਿਵਾਰ ਦੀ ਸਾਰੀ ਰਾਮ ਕਹਾਣੀ ਜਾਣਦਾ। ਦੱਸੋ ਕੀ ਜਾਣਦਾ? ਦੁੱਲਾ ਤਾਂ ਉਹਨੂੰ ਐਵੇਂ ਕਹਿ ਦਿੰਦੇ ਹੈ ਜੀ, ਸਹੀ ਨਾਂ ਤਾਂ ਉਹਦਾ ਦਲੀਪ ਸਿੰਘ ਹੈ, ਧਰਮ ਸਿਉਂ ਜੈਲਦਾਰ ਦਾ ਮੁੰਡਾ ਹੈ ਉਹ। ਬਹੁਤ ਕਵੀਲਾ ਹੋ ਗਿਆ।
रहे हो। छोड़ो छोड़ो। ओए पंगा तेनू भुगतना पौगा। छोड़ो मेरे किरत नू। दुश्मनी पाई है दुलिया, अचक दुश्मनी की पहली किश्त का भुगतान। याद रखी तेरे सारे वंश नूं धरती दे विच एक एक करके जिउंदा कढ़ांगा। याद रखी की फर्क पैना किसी के जम्मण जा मरण के नाल।
ਫਰਕ ਤਾਂ ਉਸ ਮਾਂ ਨੂੰ ਪਿਆ ਨਾ ਜਿਹਦੀ ਕੁੱਖ ਸੁਣੀ ਹੋ ਗਈ। ਜਸ਼ਨ, ਤੂੰ ਕਿਸ ਨਾਲ ਗੱਲ ਕਰ ਰਿਹਾ? ਇਹ ਤੇਰੇ ਬਾਈ ਸਰਦਾਰ ਦਲੀਪ ਸਿੰਘ ਨਹੀਂ, ਇਹ ਤਾਂ ਕਬਜ਼ੇ ਲੈਣ ਵਾਲਾ ਦੁੱਲਾ ਹੈ। ਤੁਸੀਂ ਜਦੋਂ ਹਵੇਲੀ ਤੋਂ ਬਾਹਰ ਜਾਂਦੇ ਸੀ, ਮੈਂ ਛੱਤ ਤੇ ਖੜੀ ਹੋ ਕੇ ਤੁਹਾਨੂੰ ਵੇਖਦੀ ਸੀ, ਪਤਾ ਨਹੀਂ ਵਾਪਸ ਆਉਂਗੇ ਕਿ ਨਹੀਂ। ਪਰਿਵਾਰ ਦੇ ਕਿੰਨੇ ਜੀ ਤੁਹਾਡੇ ਕਬਜ਼ਿਆਂ ਦੀ ਬਲੀ ਚੜ ਗਏ, ਕਿੰਨੀਆਂ ਮਾਵਾਂ ਦੀਆਂ ਕੁੱਖਾਂ ਸੁਣੀਆਂ ਹੋ ਗਈਆਂ, ਕਿੰਨੀਆਂ ਸੁਹਾਗਣਾਂ ਰੰਡੀਆਂ ਹੋ ਗਈਆਂ। ਕੀ ਖੱਟਿਆ ਇਹਨਾਂ ਕਬਜ਼ਿਆਂ ਤੋਂ? ਕੀ ਇਸੇ ਨੂੰ ਆਖਦੇ ਹੋ ਸਰਦਾਰੀ? ਕੀ ਇਸੇ ਨੂੰ ਸਰਦਾਰੀ ਆਖਦੇ ਹੋ? ਦੁੱਲਾ ਭਾਵੇਂ ਬਾਹਰ ਦੀਆਂ ਸਾਰੀਆਂ ਲੜਾਈਆਂ ਜਿੱਤ ਗਿਆ ਹੋਵੇ, ਪਰ ਪਰਿਵਾਰ ਨੂੰ ਹਾਰ ਗਿਆ ਏ, ਹਾਰ ਗਿਆ ਏ। ਕੀਰ ਭਾਬੀ ਜੀ, ਭਾਬੀ ਜੀ, ਯਾਰ ਚਾਚਾ ਕੀਰਤ ਕੀ ਕਰੀ ਜਾਂਦਾ ਯਾਰ ਤੂੰ? ਉਹ ਇੰਨਾ ਵੱਡਾ ਹੋ ਗਿਆ ਹਾਲੇ ਵੀ ਜਵਾਕਾਂ ਵਾਂਗ ਕਰੀ ਜਾਂਦਾ? ਯਾਰ ਮੈਨੂੰ ਤਾਂ ਸਵਾਦ ਜਿਹਾ ਨਹੀਂ ਆਉਂਦਾ ਤੇਰੇ ਨਾਲ ਪੰਗੇ ਲੈਣ ਤੋਂ ਬਿਨਾ। ਨਾਲੇ ਯਾਰ ਤੇ ਨਾਲੇ ਚਾਚਾ, ਉਹ ਤਾਂ ਬਸ ਹੁਣ ਇਦਾਂ ਹੀ ਆ। ਮੇਰੀ ਮਾਂ ਦਾ ਪੁੱਤ ਮੇਰਾ ਭਰਾ, ਮੇਰੇ ਪਿਓ ਦਾ ਭਰਾ ਮੇਰਾ ਚਾਚਾ, ਉਹ ਆਪਣੀ ਯਾਰੀ ਪੱਕਮ ਪੱਕੀ, ਤਿੰਨ ਤਿੰਨ ਰਿਸ਼ਤੇਦਾਰੀਆਂ ਆ। ਉਹ ਗੱਲ ਸੋਹਣਾ, ਮੇਰਾ ਖਸਮ ਬਣਿਆ ਰਹੇ ਨਾ ਲੱਤ ਪੜਾ ਕਰ। ਉਹ ਤਾਂ ਹੁਣ ਲੱਤ ਵੀ ਇੱਦੀ ਰਹੋ ਤੇ ਜੱਫੀਆਂ ਵੀ ਇੱਦੀ ਪੈਣਗੀਆਂ। ਜਸ਼ਨ, ਓਏ ਜਸ਼ਨ, ਉੱਠ ਮੇਰਾ ਵੀਰ, ਆ ਵੇਖ ਸੂਰਜ ਗੋਡੇ ਗੋਡੇ ਚੜੇ ਪਿਆ। ਅੱਜ ਬਾਪੂ ਦੀ ਬਰਸੀ ਹੈ, ਮੈਂ ਚੱਲਦਾ ਤੇ ਤੂੰ ਤੇਰੀ ਭਾਬੀ ਨੂੰ ਲੈ ਕੇ ਮੜੀ ਤੇ ਆ ਜੀ। ਠੀਕ ਆ ਬਾਈ ਜੀ, ਠੀਕ ਆ। ਸਰਦਾਰ ਜੀ, ਅੱਜ ਸਵੇਰੇ ਸਵੇਰੇ ਕਿੱਥੇ ਦੀ ਤਿਆਰੀ ਹੈ? ਸਰਬਜੀਤ, ਤੂੰ ਵੀ ਤਿਆਰ ਹੋ ਜਾ, ਆਪਾਂ ਬਾਪੂ ਜੀ ਦੀ ਮੜੀ ਤੇ ਮੱਥਾ ਟੇਕਣ ਚੱਲਣਾ। ਇਸ ਤਰ੍ਹਾਂ ਤਾਂ ਮੈਨੂੰ ਮੇਰੇ ਸਰਦਾਰ ਦਲੀਪ ਸਿੰਘ ਜੀ ਬੁਲਾਉਂਦੇ ਸੀ ਜਦੋਂ ਮੈਂ ਨਵੀਂ ਨਵੀਂ ਵਿਆਹ ਕੇ ਆਈ ਸੀ। ਅੱਜ ਤੋਂ ਬਾਅਦ ਤੈਨੂੰ ਤੇਰਾ ਦਲੀਪ ਸਿੰਘ ਹੀ ਮਿਲੂਗਾ। ਸ਼ੁਕਰ ਹੈ ਰੱਬ ਦਾ, ਸ਼ੁਕਰ ਹੈ। ਮੈਂ ਚੱਲਦਾ ਜੀ, ਤੂੰ ਤੇ ਜਸ਼ਨ ਆ ਜਾਓ ਪਿੱਛੇ। ਠੀਕ ਹੈ ਜੀ। ਭਾਬੀ ਜੀ, ਬਾਈ ਕੁਝ ਬਦਲਿਆ ਬਦਲਿਆ ਨਹੀਂ ਲੱਗਦਾ? ਵਕਤ ਬੜਾ ਬਲਵਾਨ ਹੈ ਜਸ਼ਨ। ਬਾਈ ਜੀ, ਅਸੀਂ ਵਾਰਦਾਤ ਵਾਲੀ ਥਾਂ ਤੇ ਪਤਾ ਕੀਤਾ। ਮੈਂ ਬੰਦੇ ਛੱਡ ਬਾਈ ਜੀ, ਜਲਦੀ ਕੋਈ ਸੁਰਾਗ ਮਿਲ ਜੂ। ਮੈਨੂੰ ਕੀਰਤ ਦੇ ਕਾਤਲਾਂ ਦਾ ਬਹੁਤ ਛੇਤੀ ਪਤਾ ਚਾਹੀਦਾ ਜੀ ਬਾਈ ਜੀ, ਕਿਸੇ ਵੀ ਹਾਲਤ 'ਚ ਜੀ ਬਾਈ ਜੀ। ਅੱਜ ਬਾਪੂ ਦੀ ਬਰਸੀ ਹੈ ਜੀ, ਚੱਲ ਮੜੀ 'ਤੇ ਹੋ ਆਈਏ।